ਹਲਕਾ ਬਾਗਾਪੁਰਾਣਾ ਦੇ ਪਿੰਡ ਮਲਖੇ ਦੇ ਵਿਚ ਅੱਜ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੇ ਵਿਚ ਕਿਸਾਨਾਂ ਨੂੰ ਫਸਲਾਂ ਦੇ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਵੱਖ ਵੱਖ ਆਉਣ ਵਾਲੀਆਂ ਸਮੱਸਿਆਵਾਂ ਦੇ ਪ੍ਰਤੀ ਵੀ ਜਾਣੂ ਕਰਵਾਇਆ ਗਿਆ। ਖੇਤੀਬਾੜੀ ਅਫਸਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੈਂਪ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਲਗਾਇਆ ਗਿਆ ਤੇ ਪਰਾਲੀ ਨੂੰ ਅੱਗ ਲਾਉਣ ਵਾਲੇ ਹੋਣ ਵਾਲੇ ਨੁਕਸਾਨਾਂ ਸੰਬੰਧੀ ਵੀ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਸਾਨਾਂ ਨੂੰ ਨਵੀਆਂ ਫਸਲਾਂ ਦੇ ਸੰਬੰਧੀ ਦੱਸਿਆ ਤੇ ਫਸਲੀ ਸੰਕਟ ਦੇ ਵਿੱਚੋਂ ਨਿਕਲਣ ਦੇ ਲਈ ਪ੍ਰੇਰਿਤ ਵੀ ਕੀਤਾ। ਮੈਂ ਡਾਕਟਰ ਧਰਮਵੀਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਬਾਘਾ ਪੁਰਾਣਾ। ਮੈਂ ਸਮੂਹ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਜੋ ਵੀ ਹੁਣ ਅੱਜ ਚੱਲ ਰਹੀ ਸਾਡੀ ਫਸਲ ਸਰ੍ਹੋਂ ਦੀ ਫਸਲ ਆ, ਇਹਦੇ ਉੱਪਰ ਹੁਣ ਜੋ ਹੈਗਾ ਤਿਲ ਚੇਪੇ ਦਾ ਹਮਲਾ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਦਾ ਹੈ ਅਤੇ ਇਹਦੇ ਉੱਪਰ ਜਿਹੜੇ ਬਿਮਾਰੀਆਂ ਦੀ ਜਿਹੜੀ ਹੈਗੀ ਆ ਉਹ ਇਸ ਤੋਂ ਬਾਅਦ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਣਗੇ। ਸੋ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਇਹੀ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਸਰ੍ਹੋਂ ਦੀ ਜਿਹੜੀ ਫਸਲ ਆ ਉਹਦਾ ਲਗਾਤਾਰ ਨਿਰੀਖਣ ਕਰਦੇ ਰਹਿਣ ਅਤੇ ਸਰ੍ਹੋਂ ਦੀ ਫਸਲ ਉੱਪਰ ਜਿਸਨੂੰ ਕਿਸੇ ਵੀ ਕਿਸਮ ਦੀ ਕੋਈ ਬਿਮਾਰੀ ਨਜ਼ਰ ਆਉਂਦੀ ਆ ਤਾਂ ਉਹਦੇ ਉੱਪਰ ਜਿਹੜੀ ਹੈਗੀ ਆ M45 ਦੀ ਜਿਹੜੀ ਹੈਗੀ ਆ ਉਹ ਸਪਰੇ ਜਿਹੜੀ ਜ਼ਰੂਰ ਕਰ ਦੇਣ ਤਾਂ ਜੋ ਸਰ੍ਹੋਂ ਤੋਂ ਅਸੀਂ ਵੱਧ ਤੋਂ ਵੱਧ ਝਾੜ ਜਿਹੜਾ ਹੈਗਾ ਉਹ ਪ੍ਰਾਪਤ ਕਰ ਸਕੀਏ। ਮੈਂ ਹਰਜਿੰਦਰ ਸਿੰਘ ਬਰਾੜ, ਪ੍ਰਧਾਨ ਕੋਆਪਰੇਟਿਵ ਸੁਸਾਇਟੀ ਮਲਕੇ, ਜੋ ਸਮੁੱਚਾ ਸਟਾਫ ਖੇਤੀਬਾੜੀ ਮਹਿਕਮਾ ਬਾਘਾ ਪੁਰਾਣਾ ਦੁਆਇਆ, ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿ ਸਾਡੇ ਪਿੰਡ 'ਚ ਆ ਕੇ ਲੋਕਾਂ ਨੂੰ ਜਾਗਰੂਕ ਕਰਦੇ ਆ, ਫਸਲਾਂ ਬਾਰੇ ਦੱਸਦੇ ਆ, ਕੀੜਿਆਂ ਦੀ ਰੋਕਥਾਮ ਬਾਰੇ ਦੱਸਦੇ ਆ, ਸਮੇਂ ਸਮੇਂ 'ਤੇ ਆਉਂਦੇ ਰਹਿੰਦੇ ਆ, ਇਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਅਸੀਂ ਅੱਗੇ ਤੋਂ ਬੇਨਤੀ ਵੀ ਕਰਦੇ ਵੀ ਇਸ ਤਰ੍ਹਾਂ ਹੀ ਆਉਂਦੇ ਰਹਿਣ, ਕਿਸਾਨਾਂ ਨੂੰ ਜਾਗਰੂਕ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ। ਅਤੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਵੀ ਕਰਨਗੇ, ਮੈਂ ਆਪਦੇ ਵੱਲੋਂ ਵੀ ਅਤੇ ਵਿਭਾਗ ਵੱਲੋਂ ਵੀ ਸਾਰੇ ਆਏ ਹੋਏ ਕਿਸਾਨਾਂ ਦਾ, ਸੁਸਾਇਟੀ ਦਾ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਹੁਣ ਹੈਡ ਮਾਸਟਰ ਸੁਖਦੇਵ ਸਿੰਘ ਜੀ ਤੁਹਾਨੂੰ ਸੰਬੋਧਨ ਕਰ। ਧਰਨੈਲ ਸਿੰਘ ਜੀ, ਡਾਕਟਰ ਨਵਦੀਪ ਸਿੰਘ ਜੋੜਾ, ਬਾਕੀ ਖੇਤੀਬਾੜੀ ਮਹਿਕਮੇ ਦੇ ਵਿਸ਼ਾ ਮਾਹਰ, ਮਲਕੇ ਸੁਸਾਇਟੀ ਦੇ ਮੈਂਬਰ, ਪ੍ਰਧਾਨ ਹਰਜਿੰਦਰ ਸਿੰਘ ਬਰਾੜ ਅਤੇ ਸਾਰੇ ਕਿਸਾਨ ਵੀਰੋ, ਫਤਿਹ ਸਾਨ ਪਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਬਾਘਾ ਪੁਰਾਣਾ ਤੋਂ ਬਿਊਰੋ ਰਿਪੋਰਟ।